ਮੈਨੂੰ ਚੂੜਾ ਆਖ ਰਿਹਾ ਹੈ। ਸੱਚ ਕਹਿਣਾ ਹੈ ਚੂੜਾ ਆਈਆਂ ਤੇਰੇ ਘਰ ਦਾ ਕੂੜਾ ਜੋ ਮੈਂ ਚੁੱਕਦਾ ਵਾਂ। ਕੂੜਾ ਚੁੱਕਣ ਵਾਲੇ ਆਖਰ ਚੂੜੇ ਹੀ ਤੇ ਹੁੰਦੇ ਨੇ। ਸੁਬਹ ਸਵੇਰੇ ਮਿੱਠੀਆਂ ਨਿੰਦਰਾਂ ਮਾਨਣ ਵਾਲਿਆ ਉੱਚਿਆ ਪਾਈਆ, ਫਜਰੇ ਵੇਲੇ ਹੱਥ ਵਿੱਚ ਬੌਖਰ ਮੂੰਹ ਤੇ ਸਾਫਾ, ਦਿਲ ਵਿੱਚ ਬੱਚਿਆਂ ਦੀ ਰੋਟੀ ਦਾ ਸੁਫਣਾ ਲੈ ਕੇ ਤੇਰੀਆਂ ਗਲੀਆਂ ਵਿੱਚ ਫਿਰਦਾ ਵਾਂ। ਚੂੜਾ ਆਈਆਂ ਮੈਨੂੰ ਚੂੜਾ ਆਖਣ ਵਾਲਿਆ ਐ ਤੇ ਦੱਸ ਦੇ ਕੌਣ ਸੀ ਜਿਹੜਾ, ਕੌਣ ਸੀ ਜਿਹੜਾ ਕਾਫਰਾਂ ਦੇ ਬੱਚਿਆਂ ਨੂੰ ਵੀ ਸੀਨੇ ਲਾਉਂਦਾ ਸੀ। ਕੌਣ ਸੀ ਜਿਹੜਾ ਮਿਹਨਤ ਵਿੱਚ ਅਜ਼ਮਤ ਕਹਿੰਦਾ ਸੀ। ਕੌਣ ਸੀ ਜਿਹੜਾ ਜਿਹਦੀ ਪਾਕ ਜ਼ੁਬਾਨ ਤੋਂ ਰੱਬ ਸੱਚੇ ਨੇ ਫਰਮਾਇਆ ਸੀ, ਸਭ ਆਦਮ ਦੇ ਜਾਏ ਨੇ ਤੇ ਆਦਮ ਮਿੱਟੀ ਵਿੱਚੋਂ ਸੀ। ਮੈਂ ਤੇ ਤੇਰੀਆਂ ਨਜ਼ਰਾਂ ਵਿੱਚ ਇੱਕ ਚੂੜਾ ਆਈਆਂ, ਤੂੰ ਤੇ ਉਹਦਾ ਕਲਮਾ ਗੋਏ, ਤੈਨੂੰ ਉਸੇ ਪਾਕ ਨਬੀ ਦਾ ਵਾਸਤਾ ਈ। ਮੈਨੂੰ ਨੀਚ ਮਲੀਚ ਨੂੰ ਕਲਮਾ ਪੜ੍ਹ ਕੇ ਦੱਸੀ, ਤੇਰੇ ਵਿੱਚ ਨਫ਼ਰਤ ਦਾ ਕੂੜਾ ਕਿੱਥੋਂ ਆਇਆ, ਇੱਕ ਮੁਸਲਿਮ ਦੇ ਅੰਦਰ ਚੂੜਾ ਕਿੱਥੋਂ ਆਇਆ।